ਫਿਊਲ ਗੇਜ ਬਾਹਰੋਂ ਆਈ ਆ ਅੱਛਾ ਤੇ ਟੈਂਪਰੇਚਰ ਗੇਜ ਚਾਰ ਚੀਜ਼ਾਂ ਦੇ ਕੰਟਰੋਲਸ ਨੇ ਇਸ ਲਿਫਟ ਦੇ ਵਿੱਚ ਜਿਹੜੇ ਬਹੁਤ ਘੱਟ ਲੋਕਾਂ ਨੂੰ ਪਤਾ ਨੇ ਆਪਣੇ ਲੋਕਾਂ ਨੂੰ ਚਲਾਉਣੀਆਂ ਨਹੀਂ ਆਈਆਂ ਤੇ ਇਹ ਸਾਰਿਆਂ ਨੇ ਲਿਫਟ ਕਵਰ ਜਿਹੜੇ ਚੇਂਜ ਕਰਤੇ ਪਰ ਜਿਹੜੇ 135 ਤੇ ਇਹ ਵਾਲਾ ਲਿਫਟ ਕਵਰ ਨਹੀਂ ਆ ਹਾਂਜੀ ਉਹ 135 ਵੀ ਨਹੀਂ ਮੈਂ ਉਹਨੂੰ 135 ਨਹੀਂ ਮੰਨਦਾ ਦੈਟ ਇਜ਼ ਜਸਟ ਲਾਈਕ ਅਨਦਰ 245 ਜਾਂ 110-135 DI ਇਹਦਾ ਓਰੀਜਨਲ ਹੀ ਇਹ ਅਸੀਂ ਮਤਲਬ ਆਪਣੇ ਕੋਲੋਂ ਨਹੀਂ ਲਾਇਆ ਇਹਦੇ ਨਾਲ ਹੀ ਲੱਗਿਆ ਤੇ ਇਹ ਗੁਡੀਅਰ ਦਾ ਆਹੀ ਵਾਲਾ ਡਾਇਮੰਡ ਪ੍ਰਿੰਟ ਵਾਲਾ ਟਾਇਰ ਆਉਂਦਾ ਹੁੰਦਾ ਸੀ ਡਾਇਮੰਡ ਬਣਿਆ ਹੋਇਆ ਹਾਂਜੀ ਹਾਂਜੀ ਗੁਡੀਅਰ ਕੰਪਨੀ ਦਾ ਇਹ ਟਾਇਰ ਨੋਰਮਲੀ ਤਾਂ ਲੋਕਾਂ ਦੇ ਧਿਆਨ ਚ ਨਹੀਂ ਹੈਗੇ ਔਰ ਕੰਪਨੀ ਨੇ ਵੀ ਸਿਰਫ ਐਕਸਪੋਰਟ ਲਈ ਬਣਾਏ ਨੇ ਕਿਉਂਕਿ ਬਾਹਰ ਲੋਕ ਇਹੀ ਟਾਇਰ ਪਸੰਦ ਕਰਦੇ ਨੇ ਇਹ ਸਿਰਫ ਬਾਹਰਲੇ ਟਰੈਕਟਰਾਂ ਦੇ ਹੀ ਆ ਜੀ ਇਹ ਵੀ ਬਾਹਰੋਂ ਹੀ ਆਈਆਂ ਨੇ ਇਹ ਵੀ ਇੰਡੀਆ ਤੋਂ ਵੈਸੇ ਐਕਚੁਅਲੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਹਾਂਜੀ ਜਿੰਨਾ ਵੀ ਇਹੋ ਜਿਹਾ ਸਮਾਨ ਆ ਟਰੈਕਟਰਾਂ ਦੇ ਉੱਪਰ ਲੱਗਣ ਵਾਲਾ ਜਾਂ ਫੋਰ ਦੈਟ ਮੈਟਰ ਈਵਨ ਟਿਨ ਵਰਕ ਵੀ ਜਿਹੜੇ ਆ ਜੋ ਇੱਥੋਂ ਔਰ ਜਿੰਨਾ ਵੀ ਇੰਗਲੈਂਡ 'ਚੋਂ ਵਿਕ ਰਿਹਾ ਆ ਉਹ ਸਭ ਇੰਡੀਆ ਤੋਂ ਬਣ ਕੇ ਬਾਹਰ ਜਾ ਰਿਹਾ ਤੇ ਉੱਥੋਂ ਹੀ ਲੋਕ ਲੈ ਰਹੇ ਨੇ ਆਹ ਲੂਕਸ ਇੰਗਲੈਂਡ ਦਾ ਜੀ ਨੰਬਰ ਪਲੇਟ ਆ ਗਈ ਇਹਦੀ ਲਾਇਸੈਂਸ ਪਲੇਟ ਆਹ ਸਪੈਸ਼ਲ ਮੈਸੀ ਫਰਗਿਊਸਨ ਦਾ ਮਾਰਕਾ ਹਾਂਜੀ ਠੀਕ ਹੈ ਇਹ ਵੀ ਬਾਹਰੋਂ ਪਹਿਲੀ ਵਾਰ ਦੇਖੀ ਹੋਈ ਆ ਮੇਰੇ ਇਹਦੇ ਤੇ ਕੋਈ ਚੀਜ਼ ਲੱਗਦੀ ਸੀ ਉਹ ਸਾਨੂੰ ਵੀ ਨਹੀਂ ਪਤਾ ਵੀ ਕੀ ਲੱਗਦੀ ਸੀ ਕਿਉਂਕਿ ਅਸੀਂ ਆ ਸੀਟੀ ਕਦੇ ਨਹੀਂ ਦੇਖੀ ਸੋ ਆਹ ਚੀਜ਼ ਜਿਹੜੀ ਇੱਕ ਇਹਦੀ ਮਿਸਿੰਗ ਹੈ ਇਹ ਟੂਲ ਬਾਕਸ ਜਾਂ ਦਾ 135 ਨੂੰ ਆਏ ਜਾਂ ਜਿਹੜੇ ਇਹੋ ਜਿਹੇ ਟਰੈਕਟਰਸ ਆਏ ਸੀ ਬਾਹਰੋਂ ਉਹਨਾਂ ਸਾਲਾਂ 'ਚ ਜਿਹੜੇ ਕੁਛ ਸਾਲਾਂ ਦੀ ਆਏ ਸੀ ਉਹਨਾਂ ਦੇ ਵਿੱਚ ਆ ਟੂਲ ਬਾਕਸਿਸ ਅੰਦਰ ਆਏ ਸੀ ਵਰਕ ਹੈ ਬੋਨਟ ਓਰੀਜਨਲ ਆ ਠੀਕ ਹੈ ਜੀ ਡੈਸ਼ ਇਹ ਓਰੀਜਨਲ ਬੋਨਟ ਹੈ ਓਰੀਜਨਲ ਬੋਨਟ ਹੈ ਜੀ ਕਲਰ 'ਚ ਵੀ ਆਏ ਆ ਵੈਸੇ ਸਿਲਵਰ ਆਉਂਦੇ ਹੁੰਦੇ ਸੀ ਬਟ ਆਹ ਕਲਰਸ ਵੀ ਆਏ ਨੇ ਠੀਕ ਆ ਜਿਹੜੇ ਵਰਲਡ ਵਾਈਡ ਰੈਸਟੋਰੇਸ਼ਨ ਹੁੰਦੀਆਂ ਉਹਨਾਂ 'ਚ ਆ ਕਲਰ ਯੂਜ਼ ਕੀਤਾ ਜਾਂਦਾ ਇਹ ਵੀ ਬਾਹਰੋਂ ਹੀ ਆਇਆ ਹੋਇਆ ਇੰਗਲੈਂਡ ਤੋਂ ਹੀ ਆਇਆ ਹੋਇਆ ਜੇ ਇਸ ਟਰੈਕਟਰ ਦੀ ਗੱਲ ਹਾਂਜੀ ਦੋਸਤੋ ਜਿਹੜਾ ਤੁਸੀਂ ਟਰੈਕਟਰ ਮੇਰੇ ਪਿੱਛੇ ਖੜਾ ਦੇਖ ਰਹੇ ਆ ਮੈਸੀ 135 ਇਹ 50 ਸਾਲ ਪੁਰਾਣਾ ਟਰੈਕਟਰ ਆ ਜੇਕਰ ਇਸ ਟਰੈਕਟਰ ਦੀ ਰੈਸਟੋਰੇਸ਼ਨ ਦੀ ਗੱਲ ਕਰੀਏ ਨਾ ਇਹਨਾਂ ਦੇ ਮਾਲਕਾਂ ਦੀ ਗੱਲ ਕਰੀਏ ਇਸ ਟਰੈਕਟਰ ਦਾ ਇੱਕ ਇੱਕ ਸਟਿੱਕਰ ਤੱਕ ਇੰਗਲੈਂਡ ਤੋਂ ਮੰਗਾਇਆ ਗਿਆ ਆ ਇਹ ਟਰੈਕਟਰ ਸਨ 70 ਦੇ ਦਹਾਕੇ ਦੇ ਵਿੱਚ ਆਇਆ ਸੀਗਾ 75 ਤੋਂ ਬਾਅਦ ਇਹ ਆਉਣਾ ਬੰਦ ਹੋ ਗਿਆ ਸੀਗਾ ਇਹਨੂੰ ਦੇਖ ਕੇ ਇਹਦੇ ਰੋਬ ਨੂੰ ਦੇਖ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਟਰੈਕਟਰ 50 ਸਾਲ ਪੁਰਾਣਾ ਹੋ ਸਕਦਾ ਹੈ ਅਤੇ ਅੱਜ ਉਹ ਤੁਹਾਨੂੰ ਸਿੱਧਾ ਦਿਖਾਉਂਦੇ ਹਾਂ ਜੀ ਇਸ ਟਰੈਕਟਰ ਨੂੰ ਰਿਸਟੋਰ ਕਰਨ ਲਈ ਕਿਹੜੇ ਕਿਹੜੇ ਪ੍ਰੋਸੀਜਰ ਤੋਂ ਲੰਘਣਾ ਪਿਆ ਅੱਜ ਮੈਂ ਤੁਹਾਨੂੰ ਲੈ ਕੇ ਆਇਆ PV7 ਮੋਡੀਫਾਇਰਸ ਹੁਸ਼ਿਆਰਪੁਰ ਅਤੇ ਡਾਇਰੈਕਟ ਤੁਹਾਨੂੰ ਲੈ ਕੇ ਚੱਲਦਾ ਜੀ ਇਸ ਬਹੁਤ ਖੂਬਸੂਰਤ ਮੈਸੀ ਫਰਗਿਊਸਨ 135 ਵੱਲ ਸਤਿ ਸ਼੍ਰੀ ਅਕਾਲ ਅਸਲਾਮ ਵਾਲੇਕੁਮ ਨਮਸਤੇ ਦੋਸਤੋ ਮੇਰਾ ਨਾਮ ਹੈ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਆਈ ਐਮ ਹੀਰੋ ਅਤੇ ਚਲੋ ਕਰਦੇ ਹਾਂ ਬਿਸਮਿਲ੍ਲਾ ਬਹੁਤ ਬਹੁਤ ਪਹਿਲਾਂ ਤਾਂ ਮੁਬਾਰਕਾਂ ਟਰੈਕਟਰ ਤੁਹਾਡਾ ਬਹੁਤ ਸੋਹਣਾ ਤਿਆਰ ਹੋਇਆ ਥੈਂਕ ਯੂ ਸੋ ਮਚ ਭਾਜੀ ਥੈਂਕ ਯੂ ਰੂਹ ਖੁਸ਼ ਹੁੰਦੀ ਦੇਖ ਕੇ ਨਾ ਰੂਹ ਖੁਸ਼ ਹੁੰਦੀ ਦਿਲ ਕਰਦਾ ਦੇਣ ਨੂੰ ਨਹੀਂ ਐਕਚੁਅਲੀ ਨਹੀਂ ਦਿਲ ਕਰਦਾ ਆਪ ਹੀ ਰੱਖ ਲਈ ਇਸ ਟਰੈਕਟਰ ਦੇ ਵਿੱਚ ਕੋਈ ਵੀ ਚੇਂਜਸ ਨਹੀਂ ਹੈਗੀਆਂ ਫਸਟ ਆਫ ਆਲ ਟਿਨ ਵਰਕ ਇਹਦਾ ਜਿਹੜਾ ਸਾਰਾ ਓਰੀਜਨਲ ਆ ਕਿਉਂਕਿ ਇਹ ਆਪਣੇ ਆਪ 'ਚ ਬਹੁਤ ਵਧੀਆ ਕੰਡੀਸ਼ਨ 'ਚ ਸੀ ਟਰੈਕਟਰ ਈਵਨ ਇਹਦੀ ਗ੍ਰਿਲ ਓਰੀਜਨਲ ਆ ਇਹਦੇ ਵਾਲੇ ਜਿਹੜੇ ਸਿਲਵਰ ਵਾਲੇ ਫਰੇਮਸ ਨੇ ਇਹ ਓਰੀਜਨਲ ਨੇ ਓਕੇ ਆਹ ਸਿਰਫ ਆਹ ਵਾਲੀ ਗ੍ਰਿਲ ਦਾ ਪਾਰਟ ਜਿਹੜਾ ਰਿਪਲੇਸ ਹੋਇਆ ਆਹ ਅਤੇ ਆਹ ਦੋ ਚੀਜ਼ਾਂ ਦੈਟਸ ਆਲ ਠੀਕ ਹੈ ਚਲੋ ਇਹ ਐਸਥੈਟਿਕਸ ਨੇ ਠੀਕ ਹੈ ਅਦਰਵਾਈਜ਼ ਜਿਹੜੀ ਟਿਨ ਵਰਕ ਹੈ ਬੋਨਟ ਓਰੀਜਨਲ ਆ ਠੀਕ ਹੈ ਜੀ ਇਹ ਓਰੀਜਨਲ ਬੋਨਟ ਹੈ ਓਰੀਜਨਲ ਬੋਨਟ ਹੈ ਜੀ ਜਸਟ ਇਹਨੂੰ ਆਪਾਂ ਰੀਪੇਂਟ ਕੀਤਾ ਇਹਨੂੰ ਅਸੀਂ ਰੀਪੇਂਟ ਕੀਤਾ ਆਪਾਂ ਮੈਨੂੰ ਤਾਂ ਲੱਗਾ ਸ਼ਾਇਦ ਕਿਤੇ ਇਹਨੂੰ ਰਿਪਲੇਸ ਕੀਤਾ ਹੋਇਆ ਨਹੀਂ ਨਹੀਂ ਇਟ ਹੈਜ਼ ਬੀਨ ਰੀਪੇਂਟਡ ਓਕੇ ਐਂਡ ਆਹ ਜਿਹੜਾ ਬੈਟਰੀ ਟ੍ਰੇ ਹੁੰਦਾ ਇਹਦਾ ਕਵਰ ਇਹ ਵੀ ਓਰੀਜਨਲ ਆ ਡੈਸ਼ਬੋਰਡ ਵੀ ਓਰੀਜਨਲ ਆ ਓਕੇ ਤੇ ਈਵਨ ਇਹਦੇ ਫੈਂਡਰਸ ਖਰਾਬ ਬਹੁਤ ਸੀਗੇ ਹਾਂਜੀ ਬਹੁਤ ਜ਼ਿਆਦਾ ਖਰਾਬ ਹਾਲਤ ਸੀਗੀ ਬਟ ਸਟਿਲ ਅਸੀਂ ਰਿਕਮੈਂਡ ਕਰ ਰਹੇ ਸੀ ਕਿ ਇਹਨਾਂ ਨੂੰ ਰਿਪਲੇਸਮੈਂਟ ਕਰ ਦਈਏ ਪਰ ਕਿਉਂਕਿ ਇਹਦੇ ਨਾਲ ਦੇ ਜਿਹੜੇ ਫੈਂਡਰਸ ਮਿਲਦੇ ਨੇ ਉਹ ਬਹੁਤ ਪੂਅਰ ਕੁਆਲਿਟੀ ਦੇ ਆਉਂਦੇ ਬਹੁਤ ਬਹੁਤ ਕਮਜ਼ੋਰ ਚੱਦਰ ਦੇ ਆਉਂਦੇ ਨੇ ਓਕੇ ਸੋ ਓਨਰਸ ਦਾ ਮਨ ਸੀਗਾ ਕਿ ਅਸੀਂ ਇਹ ਵਾਲੇ ਮਡਗਾਰਡਸ ਰਿਟੇਨ ਕਰਨੇ ਸੋ ਆਪਾਂ ਉਹਨਾਂ ਨੂੰ ਹੀ ਰਿਸਟੋਰ ਕਰਤਾ ਹਾਂਜੀ ਹਾਂਜੀ ਇਹਦੇ ਬੋਨਟ ਦੇ ਉੱਪਰ ਜਿੱਦਾਂ 135 ਦਾ ਲੋਗੋ ਲੱਗਿਆ ਹੋਇਆ ਇਹਦੇ ਸਟਿੱਕਰਸ ਲੱਗੇ ਹੋਏ ਆ ਦੇਖੋ 135 ਦਾ ਲੋਗੋ ਜਿਹੜਾ ਇੰਗਲੈਂਡ ਤੋਂ ਆਇਆ ਜੀ ਹਾਂਜੀ ਬਾਹਰੋਂ ਲੈ ਕੇ ਆਏ ਨੇ ਓਨਰਸ ਹੀ ਲੈ ਕੇ ਆਏ ਨੇ ਆਹ ਵੀ ਮੋਨੋਗ੍ਰਾਮਸ ਬਾਹਰੋਂ ਆਏ ਨੇ ਮਲਟੀ ਪਾਵਰ ਵੀ ਬਾਹਰੋਂ ਇਹ ਵੀ ਬਾਹਰੋਂ ਆਇਆ ਈਵਨ ਇਹਦੀਆਂ ਆਹ ਜਿਹੜੀਆਂ ਇਹਨੂੰ ਚਿੜੀਆਂ ਕਹਿੰਦੇ ਨੇ ਜੀ ਅੱਛਾ ਲੈਚਸ ਹੁੰਦੇ ਨੇ ਇਹ ਵੀ ਬਾਹਰੋਂ ਆਈਆਂ ਨੇ ਨਾ ਅੱਛਾ ਮੈਨੂੰ ਲੱਗਾ ਮੇ ਬੀ ਗੈਲਵਨਾਈਜ਼ ਕੀਤੀਆਂ ਹੋਣਗੀਆਂ ਬਟ ਨਹੀਂ ਅਸੀਂ ਬਹੁਤ ਸਾਰੇ ਪਾਰਟਸ ਨੂੰ ਬਾਹਰੋਂ ਆਉਣ ਦੇ ਬਾਵਜੂਦ ਵੀ ਅਸੀਂ ਕਲਰ ਚੇਂਜ ਕਰਾਇਆ ਕੁਝ ਚੀਜ਼ਾਂ ਨੂੰ ਹਾਂਜੀ ਬਟ ਇਹ ਚੀਜ਼ਾਂ ਨੂੰ ਇਹਨੂੰ ਅਸੀਂ ਨਹੀਂ ਕੀਤਾ ਕੁਝ ਵੀ ਇਹ ਇਦਾਂ ਹੀ ਆ ਜੀ ਠੀਕ ਹੈ ਜੀ ਤੇ ਜਿਹੜਾ ਇਹਦਾ ਸਾਇਲੈਂਸਰ ਹੈ ਨਾ ਭਾਜੀ ਜੇ ਆਪਾਂ ਇਹਦੀ ਗੱਲ ਕਰੀਏ ਇਹ ਕੰਪਨੀ ਵਿੱਚ ਉਹ ਇਸੇ ਕਲਰ ਦੇ ਵਿੱਚ ਹੀ ਆਉਂਦਾ ਹੁੰਦਾ ਸੀਗਾ ਇਸ ਕਲਰ 'ਚ ਵੀ ਆਏ ਆ ਵੈਸੇ ਸਿਲਵਰ ਆਉਂਦੇ ਹੁੰਦੇ ਸੀ ਬਟ ਆਹ ਕਲਰਸ ਵੀ ਆਏ ਨੇ ਠੀਕ ਆ ਜਿਹੜੇ ਵਰਲਡ ਵਾਈਡ ਰੈਸਟੋਰੇਸ਼ਨ ਹੁੰਦੀਆਂ ਉਹਨਾਂ 'ਚ ਆਹ ਕਲਰ ਯੂਜ਼ ਕੀਤਾ ਜਾਂਦਾ ਇਹ ਵੀ ਬਾਹਰੋਂ ਹੀ ਆਇਆ ਹੋਇਆ ਇੰਗਲੈਂਡ ਤੋਂ ਹੀ ਆਇਆ ਹੋਇਆ ਜੇ ਇਸ ਟਰੈਕਟਰ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮੈਂ ਆਪਣੇ ਦੁਆਬੇ ਜ਼ਿਲ੍ਹੇ ਦੇ ਵਿੱਚ ਬਹੁਤ ਘੱਟ ਦੇਖਿਆ ਇਸ ਟਰੈਕਟਰ ਨੂੰ ਦੁਆਬੇ 'ਚ ਬਹੁਤ ਘੱਟ ਨੇ ਜੀ ਇਹ ਟਰੈਕਟਰਸ ਇਹ ਮਾਲਵੇ 'ਚ ਜ਼ਿਆਦਾ ਆਏ ਸੀ ਇਹ ਰਾਜਸਥਾਨ ਅਤੇ ਯੂਪੀ ਬਹੁਤ ਆਏ ਸੀ ਓਕੇ ਇੰਡੀਆ 'ਚ ਬੇਸਿਕਲੀ ਇਹ ਜਿੰਨੇ ਵੀ ਟਰੈਕਟਰਸ ਆਏ ਸੀ ਗਿਫਟ ਸਕੀਮ 'ਚ ਆਏ ਸੀ
ਓਕੇ ਹਾਂਜੀ ਤੇ ਜੇ ਆਪਾਂ ਜਿਨ੍ਹਾਂ ਦੇ ਕੋਈ ਰਿਲੇਟਿਵਸ ਬਾਹਰ ਹੁੰਦੇ ਸੀ ਉਹ ਲੋਕ ਗਿਫਟ ਕਰਕੇ ਆਪਣੇ ਰਿਲੇਟਿਵਸ ਨੂੰ ਇੰਡੀਆ ਇੱਥੇ ਭੇਜ ਦਿੰਦੇ ਸੀ ਇਦਾਂ ਹੁੰਦੇ ਹੁੰਦੇ ਸੀ ਤੇ ਸਨ ਦੀ ਗੱਲ ਕਰੀਏ ਕਿਹੜੇ ਸਨ ਦੇ ਵਿੱਚ ਆਇਆ ਤੇ ਕਿਹੜੇ ਵਿੱਚ ਇਹਦੀ ਪ੍ਰੋਡਕਸ਼ਨ ਬੰਦ ਹੋ ਗਈ ਸੀ ਮੇਰੇ ਖਿਆਲ 66 ਤੋਂ ਆਉਣੇ ਸ਼ੁਰੂ ਹੋਏ ਆ ਤੇ 75 ਤੱਕ ਬਣੇ ਨੇ ਮੈਂ ਆਮ ਨਾਟ ਵੈਰੀ ਸ਼ੋਰ ਪਰ ਮਤਲਬ 1-2 ਸਾਲ ਦਾ ਫਰਕ ਹੋ ਸਕਦਾ ਪਰ ਮੇਰੇ ਖਿਆਲ 75-76 ਤੋਂ ਬਾਅਦ ਇਹ ਟਰੈਕਟਰਸ ਬਣੇ ਨੇ ਉਦੋਂ ਤੱਕ ਹੀ ਆਏ ਨੇ ਜੀ ਇਹ ਤੇ ਇਸ ਤੋਂ ਬਾਅਦ ਭਾਜੀ ਇਹਦੀ ਨਾ ਇੰਜਨ ਦੀ ਆਪਾਂ ਪੇਂਟ ਕੁਆਲਿਟੀ ਤੇ ਆ ਜਾਂਦੇ ਆ ਇਹਨੂੰ ਪੇਂਟ ਕਿਹੜਾ ਯੂਜ਼ ਕੀਤਾ ਹੋਇਆ ਇਹਦਾ ਪ੍ਰੋਸੀਜਰ ਕੀ ਸੀਗਾ ਦੇਖੋ ਇਦਾਂ ਆ ਪੇਂਟ ਜਿਹੜਾ ਅਸੀਂ ਜਦੋਂ ਪੇਂਟ ਦਾ ਸਟਾਰਟਿੰਗ ਪ੍ਰੋਸੀਜਰ ਹੁੰਦਾ ਇਜ਼ ਪੇਂਟ ਰਿਮੂਵਲ ਠੀਕ ਹੈ ਜੀ ਉਹ ਅਸੀਂ ਰਿਮੂਵ ਕਰਦੇ ਹਾਂ ਜੀ ਗ੍ਰਿਡ ਬਲਾਸਟਿੰਗ ਨਾਲ ਓਕੇ ਠੀਕ ਹੈ ਅਜੇ ਗ੍ਰਿਡ ਬਲਾਸਟਿੰਗ ਤੁਸੀਂ ਇੱਥੇ ਹੀ ਕਰਦੇ ਸਾਡੇ ਕੋਲ ਇਨ ਹਾਊਸ ਗ੍ਰਿਡ ਬਲਾਸਟਿੰਗ ਆਪਣਾ ਬਲਾਸਟਿੰਗ ਯੂਨਿਟ ਹੈਗਾ ਸੋ ਅਸੀਂ ਆਪਣਾ ਕਰਦੇ ਹਾਂ ਇੱਥੇ ਗ੍ਰਿਡ ਬਲਾਸਟਿੰਗ ਸਭ ਤੋਂ ਪਹਿਲਾਂ ਅਸੀਂ ਟਰੈਕਟਰ ਨੂੰ ਸਾਰਾ ਟਿਨ ਵਰਕ ਰਿਮੂਵ ਕਰਕੇ ਉਹ ਤੋਂ ਸਾਰੀਆਂ ਚੀਜ਼ਾਂ ਰਿਮਸ ਐਂਡ ਆਲ ਸਭ ਕੁਝ ਰਿਮੂਵ ਕਰਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਲਾਉਣੀਆਂ ਹੁੰਦੀਆਂ ਹਾਂਜੀ ਅਸੀਂ ਉਹ ਚੀਜ਼ਾਂ ਲਾ ਕੇ ਬਲਾਸਟ ਕਰਦੇ ਹਾਂ ਹਾਂਜੀ ਇਹਨੂੰ ਬਿਲਕੁਲ ਬੇਅਰ ਮੈਟਲ ਤੱਕ ਲੈ ਕੇ ਆ ਕੇ ਉਸ ਤੋਂ ਬਾਅਦ ਫਸਟ ਸਟੈਪ ਹੁੰਦਾ ਇਹਦਾ ਪ੍ਰਾਈਮਿੰਗ ਓਕੇ ਰਾਈਟ ਅਸੀਂ ਇਹਨੂੰ ਪ੍ਰਾਈਮਿੰਗ ਕਰਦੇ ਹਾਂ ਪ੍ਰਾਈਮਿੰਗ ਕਰਨ ਵੇਲੇ ਅਸੀਂ ਧਿਆਨ ਰੱਖਦੇ ਹਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਹਾਈਲਾਈਟ ਕਰਨੀਆਂ ਹੁੰਦੀਆਂ ਨੇ ਜਿਵੇਂ ਆਹ ਚੀਜ਼ਾਂ ਗੈਲਵਨਾਈਜ਼ ਕਰਨੀਆਂ ਨੇ ਇਹ ਚੀਜ਼ਾਂ ਅਸੀਂ ਸਾਰੀਆਂ ਰਿਮੂਵ ਕਰ ਦਿੰਦੇ ਹਾਂ ਹਾਂਜੀ ਕਿਉਂਕਿ ਮੈਂ ਬਹੁਤ ਵਾਰੀ ਦੇਖਿਆ ਨਾ ਜਿਹੜੇ ਆਪਣੇ ਹੁਸ਼ਿਆਰਪੁਰ ਤੋਂ ਬਾਹਰ ਕਈ ਮੁੰਡੇ ਰੈਡੀ ਕਰਦੇ ਨੇ ਜਸਟ ਪੇਂਟ ਮਾਰ ਦਿੰਦੇ ਨੇ ਦੇਖੋ ਉਹ ਮੈਂ ਤੁਹਾਨੂੰ ਦੱਸਦਾ ਕੀ ਹੁੰਦਾ ਜਦੋਂ ਅਸੀਂ ਆਹ ਚੀਜ਼ਾਂ ਖੋਲ ਲੈਂਦੇ ਨਾ ਜੀ ਇਹ ਆਪਣੇ ਆਪ 'ਚ ਤੁਹਾਡੇ ਲਈ ਬਹੁਤ ਇੱਕ ਚੈਲੰਜਿੰਗ ਜੋਬ ਹੋ ਜਾਂਦੀ ਹੈ ਕਿਉਂਕਿ ਇਹ ਚੀਜ਼ਾਂ ਨੂੰ ਗੈਲਵਨਾਈਜ਼ ਕਰਾਉਣ ਲਈ ਤੁਹਾਨੂੰ ਬਹੁਤ ਮਿਹਨਤ ਦੀ ਲੋੜ ਹੈ ਵੀ ਕਿਹੜੀ ਚੀਜ਼ ਕਿੱਥੇ ਲੱਗਣੀ ਹੈ ਕਿਹੜੀ ਕਿਵੇਂ ਗੈਲਵਨਾਈਜ਼ ਹੋਣੀ ਹੈ ਕਿਹਦਾ ਕਿਹੜਾ ਕਲਰ ਹੋਣਾ ਚਾਹੀਦਾ ਸੋ ਬੱਜੇ ਬੁਝਾਈ ਨੂੰ ਪੇਂਟ ਕਰਨਾ ਇਜ਼ ਵੈਰੀ ਈਜ਼ੀ ਓਕੇ ਠੀਕ ਹੈ ਜੀ ਮੰਨ ਲਓ ਨੋਜ਼ਲ ਪਾਈਪਾਂ ਲੱਗੀਆਂ ਹੋਣਾ ਸਾਰੀ ਫਿਲਟਰ ਬੋਡੀ ਵਿੱਚ ਹੀ ਪੇਂਟ ਨੋਰਮਲੀ ਸਾਰੇ ਵਿੱਚ ਕਰਦੇ ਨੇ ਹਾਂਜੀ ਸੋ ਅਗਰ ਅਸੀਂ ਉਹਨੂੰ ਵਿੱਚ ਕਰਨਾ ਹੋਵੇ ਤਾਂ ਸਾਡੇ ਲਈ ਤਾਂ ਬਹੁਤ ਈਜ਼ੀ ਹੋ ਜਾਏ ਅਸੀਂ ਤਾਂ 15 ਦਿਨ ਟਰੈਕਟਰ ਰਿਸਟੋਰ ਕਰਕੇ ਭੇਜ ਦਈਏ ਬਿਲਕੁਲ ਸਾਨੂੰ ਹੁਣ ਇਸ ਟਾਈਮ 1.5-2 ਮਹੀਨੇ ਲੱਗਦੇ ਨੇ ਇੱਕ ਇੱਕ ਟਰੈਕਟਰ ਨੂੰ ਬਿਕੋਜ਼ ਆਹੀ ਚੀਜ਼ਾਂ ਨੇ ਜਿਹੜੀਆਂ ਅਸੀਂ ਹਾਈਲਾਈਟ ਕਰਦੇ ਇਹੀ ਬਰੀਕੀਆਂ ਨੇ ਹਾਂਜੀ ਅਗਰ ਅਸੀਂ ਇੰਟਰਨੈਸ਼ਨਲ ਸਟੈਂਡਰਡਸ ਤੇ ਜਾਈਏ ਅਸੀਂ ਸ਼ੋਰ ਟਰੈਕਟਰਸ ਨੂੰ ਕੰਸਿਡਰ ਕਰੀਏ ਤਾਂ ਸ਼ੋਰ ਟਰੈਕਟਰਸ ਇਦਾਂ ਹੀ ਤਿਆਰ ਹੋਣੇ ਚਾਹੀਦੇ ਨੇ ਜਿਵੇਂ ਭਾਜੀ ਮੈਂ ਨਾ ਫੇਸਬੁੱਕ ਉੱਤੇ ਕਾਫੀ ਇੰਟਰਨੈਸ਼ਨਲ ਗਰੁੱਪਸ ਦੇ ਵਿੱਚ ਐਡ ਆ ਉੱਥੇ ਵੀ ਮੈਸੀ ਜਾਂ ਫੋਰਡ ਰਿਸਟੋਰ ਕਰਦੇ ਨੇ ਆਹ ਚੀਜ਼ ਨਹੀਂ ਮੈਂ ਦੇਖੀ ਕਿ ਇੱਥੇ ਖੜਾ ਨਾ ਮੈਨੂੰ ਇਕੱਲਾ ਇਕੱਲਾ ਨਟ ਬੋਲਟ ਵੀ ਇੱਕਦਮ ਚਮਕਦਾ ਦਿਖਦਾ ਇੱਥੋਂ ਕਿ ਇਹਨਾਂ ਨੂੰ ਵੀ ਇਹ ਵੀ ਮੈਨੂੰ ਲੱਗਦਾ ਇੰਗਲੈਂਡ ਤੋਂ ਆਏ ਜਾਂ ਤੁਸੀਂ ਇਹਨਾਂ ਨੂੰ ਗੈਲਵਨਾਈਜ਼ ਕੀਤਾ ਨਹੀਂ ਅਸੀਂ ਗੈਲਵਨਾਈਜ਼ ਕੀਤਾ ਜੀ ਜਿਵੇਂ ਤੁਸੀਂ ਆਹ ਦੇਖੋ ਛੋਟਾ ਛੋਟੇ ਨਾ ਇਹ ਜਿਹੜੇ ਨਟ ਬੋਲਟਸ ਨੇ ਇਹ ਬੜੇ ਸੀ ਸਪੈਸ਼ਲ ਬੋਲਟਸ ਨੇ ਇਦਾਂ ਦੇ 10 ਜਾਂ 12 ਨੰਬਰ ਦੇ ਬੋਲਟਸ ਤੁਹਾਨੂੰ ਬਹੁਤ ਰੇਅਰ ਮਿਲਣਗੇ ਸੋ ਇਹ ਅਸੀਂ ਬਹੁਤ ਮੁਸ਼ਕਿਲ ਨਾਲ ਸੋਰਸ ਕਰਕੇ ਲੱਭ ਕੇ ਲਿਆਂਦੇ ਨੇ ਅੱਛਾ ਲੱਭ ਕੇ ਲਿਆ ਕੇ ਫਿਰ ਗੈਲਵਨਾਈਜ਼ ਹਾਂਜੀ 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 ਠੀਕ ਹੈ ਜੀ ਸੋ ਅਸੀਂ ਇਹਨੂੰ ਮਤਲਬ ਅਸੀਂ ਬਿਕੋਜ਼ ਵੀ ਵਾਂਟਡ ਕਿ ਦਿਸ ਟਰੈਕਟਰ ਸ਼ੁਡ ਕਮ ਆਊਟ ਵੈਰੀ ਬਿਊਟੀਫੁਲ ਬਿਲਕੁਲ ਸੋ ਅਸੀਂ ਆਪਣੇ ਵੱਲੋਂ ਪੂਰੇ ਸਿੰਸੀਅਰ ਐਫਰਟਸ ਕੀਤੇ ਨੇ ਤੇ ਇਸ ਤੋਂ ਬਾਅਦ ਭਾਜੀ ਇਹਦੇ ਫਰੰਟ ਟਾਇਰ ਤੇ ਆ ਜਾਂਦੇ ਨੇ ਜਿਸ ਦਿਨ ਮੈਂ ਆਇਆ ਸੀ ਨਾ ਉਸ ਦਿਨ ਟਾਇਰਸ ਦਾ ਨੰਬਰ ਕੁਝ ਹੋਰ ਸੀ ਤੇ ਅੱਜ ਨੰਬਰ ਕੁਝ ਹੋਰ ਆ ਦੇਖੋ ਉਦੋਂ 20 ਟਾਇਰਸ ਨਵੇਂ ਸੀਗੇ ਤੇ ਅੱਜ ਵੀ ਟਾਇਰਸ ਨਵੇਂ ਨੇ ਉਦੋਂ 20 ਪਲੇਨ ਰਿਬ ਸੀ ਤੇ ਅੱਜ ਵੀ ਪਲੇਨ ਰਿਬ ਨੇ ਹੋਇਆ ਕਿ ਓਨਰਸ ਨੂੰ ਜ਼ਿਆਦਾ ਪਤਾ ਨਹੀਂ ਸੀ ਉਹਨਾਂ ਨੂੰ ਟਾਇਰਾਂ ਵਾਲਿਆਂ ਨੇ ਕਹਿਤਾ ਜੋ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਵੱਡੇ ਟਾਇਰ ਪਾਉਣ ਦਾ ਉਹਨਾਂ ਨੇ ਇਹਨੂੰ ਪਾਤੇ ਜੀ ਅੱਗੇ ਫਰੰਟ ਤੇ 7-50-16 ਤੇ ਪਿੱਛੇ ਪਾਤੇ 13-6-28 ਹਾਂਜੀ ਜਦਕਿ ਉਹ ਟਾਇਰਸ ਜਿਹੜੇ ਆ ਉਹ ਇਸ ਸਾਈਜ਼ ਦੇ ਟਰੈਕਟਰ ਲਈ ਵੱਡੇ ਲੱਗਦੇ ਨੇ ਬਿਲਕੁਲ ਡਿਸਪ੍ਰੋਪੋਰਸ਼ਨੇਟ ਲੱਗਦਾ ਟਰੈਕਟਰ ਵਧੀਆ ਨਹੀਂ ਲੱਗਦਾ ਉਹਦੇ ਨਾਲ ਹਾਂਜੀ ਸੋ ਅਸੀਂ ਮੈਂ ਪਰਸਨਲੀ ਵਾਂਟਡ ਆਈ ਵਾਂਟਡ ਕਿ ਇਹ ਜਿਹੜਾ ਟਰੈਕਟਰ ਜਿਹੜਾ ਸੋਹਣਾ ਤਿਆਰ ਹੋਵੇ ਤਾਂ ਮੈਂ ਉਹਨੂੰ ਇਨਸਿਸਟ ਕੀਤਾ ਵੀ ਜੀ ਤੁਸੀਂ ਇਹ ਟਾਇਰਸ ਜਿਹੜੇ ਆ ਡਾਊਨ ਸਾਈਜ਼ ਕਰਕੇ ਸਾਨੂੰ ਚੇਂਜ ਕਰਾ ਕੇ ਨਵੇਂ ਟਾਇਰ ਆਪਾਂ ਬਦਲਦੇ ਉਹਦੇ ਫਰਕ ਹਾਂਜੀ ਉਹਦੇ ਨਵੇਂ ਹੀ ਟਾਇਰ ਉਹਨਾਂ ਨੇ ਦੁਬਾਰਾ ਜਿੱਥੋਂ ਲਏ ਸੀ ਉੱਥੇ ਹੀ ਵਾਪਸ ਆਈ ਥਿੰਕ ਕਰਾ ਕੇ ਤੇ ਉਹ ਡਾਊਨ ਸਾਈਜ਼ ਕਰਕੇ ਟਾਇਰਸ ਜਿਹੜੇ ਆ ਲੈ ਕੇ ਆਏ ਹੁਣ ਭਾਜੀ ਆ ਜਾਂਦੇ ਆਪਾਂ ਇਹਦੇ ਮੀਟਰ ਉੱਤੇ ਆ ਜਾਂਦੇ ਆ ਟਰੈਕਟਰ ਦੇ ਚਲੋ ਮੈਂ ਦੂਸਰੀ ਸਾਈਡ ਆਉਣਾ ਤੇ ਤੁਸੀਂ ਇਸ ਸਾਈਡ ਤੋਂ ਦਿਖਾਈਓ ਕਿ ਪਹਿਲਾਂ ਤਾਂ ਇਹਦੀ ਸੀਟ ਤੇ ਆਉਂਦੇ ਆ ਜਦੋਂ ਟਰੈਕਟਰ ਇਹ ਓਰੀਜਨਲੀ ਆਉਂਦਾ ਹੁੰਦਾ ਸੀਗਾ ਤੇ ਸੀਟ ਇਹੀ ਆਉਂਦੀ ਹੁੰਦੀ ਸੀ ਇਸ ਨੂੰ ਦੋ ਤਰ੍ਹਾਂ ਦੀ ਸੀਟਸ ਆਈਆਂ ਜੀ ਹਾਂਜੀ ਇੱਕ ਆਵਲੀਆਂ ਸੀਟਸ ਆਈਆਂ ਨੇ ਹਾਂਜੀ ਇੱਕ ਪੈਨ ਟਾਈਪ ਸੀਟਸ ਆਈਆਂ ਨੇ ਜਿਹਨੂੰ ਤਸਲੇ ਵਾਲੀ ਸੀਟ ਕਹਿੰਦੇ ਹਾਂਜੀ ਹਾਂਜੀ ਠੀਕ ਹੈ ਜੀ ਇਹ ਜਿਹੜੀਆਂ ਸੀਟਸ ਆਈਆਂ ਨੇ ਬਹੁਤ ਘੱਟ ਟਰੈਕਟਰਸ ਆਈਆਂ ਦੀਸ ਵਰ ਵੈਰੀ ਵੈਰੀ ਰੇਅਰ ਆਈ ਥਿੰਕ ਇਹ ਡੀਲੈਕਸ ਮਾਡਲ 'ਚ ਆਉਂਦੀਆਂ ਸੀ ਬਹੁਤ ਹੀ ਘੱਟ ਟਰੈਕਟਰਾਂ 'ਚ ਆਈਆਂ ਨੇ ਸੋ ਇਹ ਲੱਕੀਲੀ ਸੀਟ ਦੀ ਕੰਡੀਸ਼ਨ ਵੀ ਚੰਗੀ ਰਹਿ ਗਈ ਬਚੀ ਰਹਿ ਗਈ ਸੀਟ ਇਹ ਹਾਂਜੀ ਤੇ ਇਸ ਟਰੈਕਟਰ ਤੇ ਇਹ ਸੀਟ ਲੱਗੀ ਹੋਈ ਹੈ ਇਹ ਡੀਲੈਕਸ ਮਾਡਲ ਦੀ ਸੀਟ ਹੈ ਇਹ ਓਰੀਜਨਲ ਸੀਟ ਹੈ ਓਰੀਜਨਲ ਸੀਟ ਓਰੀਜਨਲ ਸੀਟ ਅਸੀਂ ਇਹਨੂੰ ਵੀ ਰਿਸਟੋਰ ਕੀਤਾ ਜੀ ਸਿਰਫ ਇਹਦਾ ਕਵਰ ਚੇਂਜ ਹੋਇਆ ਹਾਂਜੀ ਦੈਟਸ ਆਲ ਓਕੇ ਤੇ ਹੁਣ ਇਹਦੇ ਮੀਟਰ ਤੇ ਆ ਜੰਨੇ ਆ ਭਾਜੀ ਇਨਸਟਰੂਮੈਂਟ ਕਲਸਟਰ ਤੇ ਆ ਜੀ ਇਹ ਤਾਂ ਜੀ ਇਹਦੇ 'ਚ ਆਹ ਮੀਟਰ ਬਾਹਰੋਂ ਆਇਆ ਜੀ ਆਰ ਪੀ ਐਮ ਮੀਟਰ ਓਕੇ ਫਿਊਲ ਗੇਜ ਬਾਹਰੋਂ ਆਈ ਆ ਅੱਛਾ ਤੇ ਟੈਂਪਰੇਚਰ ਗੇਜ ਠੀਕ ਆ ਐਕਚੁਅਲੀ ਉਹ ਬਾਕੀ ਗੇਜਸ ਵੀ ਲੈ ਕੇ ਆਏ ਸੀਗੇ ਪਰ ਉਹਨਾਂ ਦੀ ਕੰਪੈਟੀਬਿਲਟੀ ਨਹੀਂ ਸੀਗੀ ਕਿਉਂਕਿ ਟੈਂਪਰੇਚਰ ਗੇਜ ਦਾ ਜਿਹੜਾ ਇਹਦਾ ਅੱਗੇ ਅਡਾਪਟਰ ਲੱਗਿਆ ਹੋਇਆ ਹਾਂਜੀ ਉਹਦੇ ਨਾਲ ਇਹ ਮੈਚ ਨਹੀਂ ਕਰ ਰਿਹਾ ਸੀ ਓਇਲ ਪ੍ਰੈਸ਼ਰ ਦਾ ਜਿਹੜਾ ਇਹਦੇ ਨਾਲ ਓਰੀਜਨਲ ਜਿਹੜੀ ਲਾਈਨ ਆਈ ਆ ਕਨੈਕਟਿੰਗ ਲਾਈਨ ਆਈ ਆ ਪਾਈਪ ਆਈ ਆ ਉਹ
ਇਹਦੇ ਚ ਪੋਜੀਸ਼ਨ ਕੰਟਰੋਲ, ਡਰਾਫਟ ਕੰਟਰੋਲ, ਪ੍ਰੈਸ਼ਰ ਕੰਟਰੋਲ ਤੇ ਰਿਸਪਾਂਸ ਕੰਟਰੋਲ, ਚਾਰ ਚੀਜ਼ਾਂ ਦੇ ਕੰਟਰੋਲਸ ਨੇ ਇਸ ਲਿਫਟ ਦੇ ਵਿੱਚ, ਜਿਹੜੇ ਬਹੁਤ ਘੱਟ ਲੋਕਾਂ ਨੂੰ ਪਤਾ ਨੇ। ਆਪਣੇ ਲੋਕਾਂ ਨੂੰ ਚਲਾਉਣੀਆਂ ਨਹੀਂ ਆਈਆਂ ਤੇ ਇਹ ਸਾਰਿਆਂ ਨੇ ਲਿਫਟ ਕਵਰ ਜਿਹੜੇ ਚੇਂਜ ਕਰਤੇ। ਓਕੇ, ਪਰ ਜਿਹੜੇ 135 ਤੇ ਇਹ ਵਾਲਾ ਲਿਫਟ ਕਵਰ ਨਹੀਂ ਆ, ਹਾਂਜੀ, ਉਹ 135 ਵੀ ਨਹੀਂ, ਮੈਂ ਉਹਨੂੰ 135 ਨਹੀਂ ਮੰਨਦਾ। ਦੈਟ ਇਜ਼ ਜਸਟ ਲਾਈਕ ਅਨਦਰ 245 ਜਾਂ 110-135 DI। ਓਕੇ, ਉਹ ਇਹਦੀ ਸਪੈਸ਼ਲਿਟੀ ਹੀ ਆ ਲਿਫਟ ਆ ਇਸ ਟਰੈਕਟਰ ਦੀ। ਓਕੇ, ਇਹ ਆਪਣੇ ਆਪ 'ਚ ਬਹੁਤ ਵਧੀਆ ਲਿਫਟ ਸੀ, ਪਰ ਇਹ ਬਹੁਤ ਘੱਟ ਲੋਕਾਂ ਨੂੰ ਸਮਝ ਆਈ ਸੀ ਜੀ। ਤੇ ਆਪਾਂ ਹੁਣ ਇੱਥੇ ਬੈਠੇ ਨਾ, ਇੱਦਾਂ ਖੜੇ ਆਪਾਂ ਤੇ ਕੈਮਰੇ ਫਰੇਮ ਦੇ ਵਿੱਚ ਆਹ ਚੀਜ਼ ਆ ਰਹੀ ਆ। ਇਹ ਹੈਗਾ ਜੀ ਇਹਦਾ ਏਅਰ ਕਲੀਨਰ ਪ੍ਰੀ ਕਲੀਨਰ ਬੋਲ, ਠੀਕ ਹੈ ਜੀ। ਨਵੇਂ ਟਾਈਪ ਦੇ ਵਿੱਚ ਆਉਂਦੇ ਨੇ, ਉੱਤੇ ਕਲੈਕਸ਼ਨ ਬੋਲਸ ਲੱਗੇ ਹੁੰਦੇ ਨੇ, ਬਿਲਕੁਲ ਬਿਲਕੁਲ, ਸ਼ੀਸ਼ਾ ਲੱਗਿਆ ਹੁੰਦਾ ਜਿਹਦੇ 'ਚ ਡਸਟ ਜਿਹੜੀ ਆ ਕਲੈਕਟ ਹੁੰਦੀ ਰਹਿੰਦੀ ਹੈ। ਵੈਸੇ ਤਾਂ ਐਕਚੁਅਲੀ ਉਹ ਚੀਜ਼ ਵਧੀਆ ਆ, ਕਿਉਂਕਿ ਡਸਟ ਤੁਹਾਡੀ ਥੱਲੇ ਜਾਣ ਤੋਂ ਪਹਿਲਾਂ ਕੁਛ ਹੱਦ ਤੱਕ ਉੱਪਰ ਰੁਕ ਜਾਂਦੀ ਰੁਕ ਜਾਂਦੀ ਆ। ਪਰ ਇਹਦੀ ਜਿਹੜੀ ਇਸ ਡਿਜ਼ਾਈਨ ਦੀ ਲੀਗੇਸੀ ਸੀ, ਹਾਂਜੀ, ਇਹਦੀ ਇੱਕ ਓਰਿਜਨੈਲਿਟੀ ਮੇਨਟੇਨ ਕਰਨ ਲਈ ਅਸੀਂ ਆ ਲਾਇਆ ਜੀ। ਇਹਦਾ ਓਰਿਜਨਲ ਹੀ ਆ ਇਹ, ਅਸੀਂ ਮਤਲਬ ਆਪਣੇ ਕੋਲੋਂ ਨਹੀਂ ਲਾਇਆ, ਇਹਦੇ ਨਾਲ ਹੀ ਲੱਗਿਆ। ਜੇਕਰ ਇਹਦੀ ਲੁੱਕ ਦੀ ਗੱਲ ਕਰੀਏ ਨਾ, ਇਹ ਆਪਣੇ ਨਵੇਂ ਵਾਲੇ ਨਾਲੋਂ ਸੋਹਣਾ ਲੱਗਦਾ ਹੈ, ਲੁੱਕਸ 'ਚ ਸੋਹਣਾ ਲੱਗਦਾ ਹੈ, ਨੋ ਡਾਊਟ ਅਬਾਊਟ ਇਟ। ਤੇ ਇਹਦਾ ਸਟੀਅਰਿੰਗ ਆਪਾਂ ਦੇਖਦੇ ਹਾਂ ਭਾਜੀ, ਸਟੀਅਰਿੰਗ ਵੀਲ ਇਹ ਚੇਂਜ ਹੋਇਆ? ਚੇਂਜ ਹੋਇਆ ਜੀ, ਬਾਹਰੋਂ ਆਇਆ। ਓਕੇ, ਉਹੀ ਸਟਾਈਲ ਦਾ ਜੋ ਪਹਿਲਾਂ ਹੁੰਦਾ ਸੀ, ਇਹਨਾਂ ਦੇ ਉੱਪਰ ਨਟ ਲੱਗਦਾ ਹੁੰਦਾ ਸੀ, ਹਾਂਜੀ, ਤੇ ਆਹ ਇੱਕ ਵਾਸ਼ਰ ਸੀ, ਕਿਉਂਕਿ ਅੱਜ ਕੱਲ੍ਹ ਤਾਂ ਲੋਗੋ ਆਉਂਦਾ ਨਾ ਇੱਥੇ। ਹਾਂ, ਇਹਨਾਂ 'ਚ ਇਹੀ ਆਇਆ ਸੀ, ਆਹ ਵੀ ਬਾਹਰੋਂ ਆਇਆ ਜੀ, ਆਹ ਵੀ ਨਾਲ ਆਇਆ, ਆਹ ਸਟੀਅਰਿੰਗ ਵੀਲ ਆਇਆ, ਇਹਦਾ ਥੱਲੇ ਜਿਹੜਾ ਕੱਪ ਆਇਆ ਕਵਰਿੰਗ ਕੱਪ, ਇਹ ਵੀ ਨਾਲ ਆਇਆ ਜੀ। ਇਹ ਵੀ ਮੇਲਾ ਦਾ ਫਿਰ ਆਉਣ ਤੋਂ ਬਾਅਦ ਵੀ ਗੈਲਵਨਾਈਜ਼ ਹੋਇਆ ਨਾ, ਆਉਣ ਤੋਂ ਬਾਅਦ ਇਹਨੂੰ ਪਾਲਿਸ਼ਿੰਗ ਕੀਤਾ ਸੀ ਜੀ, ਹਲਕਾ ਜਿਹਾ ਸਲਾਈਟ। ਬਿਲਕੁਲ ਜੀ, ਤੇ ਇੱਥੇ ਖੜੇ ਖੜੇ ਨਾ ਮੈਨੂੰ ਇੱਕ ਚੀਜ਼ ਦਿਖ ਰਹੀ ਆ ਕਿ ਇੱਥੇ ਕੁਛ ਆ ਸਟਿਕਰਸ ਲੱਗੇ ਹੋਏ ਨੇ ਨਾ, ਹਾਂਜੀ, ਤੇ ਇਹ ਵੀ ਬਾਹਰੋਂ ਆਏ ਹੋਏ ਨੇ? ਆਹ ਬਾਹਰੋਂ ਆਇਆ ਹੋਇਆ ਜੀ। ਓਕੇ, ਆਹ ਅਸੀਂ ਇੱਥੇ 12-4-28 ਦਾ ਜਿਹੜਾ ਮੈਸੀ ਫਰਗਿਊਸਨ ਦਾ ਓਰਿਜਨਲ ਡੀਕੈਲਸ ਲੱਗਦੇ ਨੇ, ਅਸੀਂ ਉਹਨਾਂ 'ਚੋਂ ਲਾਇਆ ਆਪਣੇ ਜਿਹੜੇ 135 DI ਵਾਲੇ, ਠੀਕ ਆ ਜੀ, ਆਹ ਇੱਥੋਂ ਲਾਇਆ ਹੋਇਆ, ਆਹ ਬਾਹਰੋਂ ਆਇਆ ਹੋਇਆ। ਓਕੇ, ਡੀਕੈਲਸ ਮਿਲ ਜਾਂਦੇ ਨੇ ਜੀ, ਇਹ ਵਾਲੇ ਮਿਲ ਜਾਂਦੇ ਨੇ ਇੰਡੀਆ ਤੋਂ। ਤੇ ਜਿਹੜੀ ਫੈਂਡਰਸ ਦੀ ਲਾਈਟਸ ਲੱਗੀ ਹੋਈ ਹੈ ਭਾਜੀ, ਫਰੰਟ ਇੰਡੀਕੇਟਰ ਬਾਹਰੋਂ ਆਈ ਹੈ ਜੀ, ਇਹ ਵੀ ਬਾਹਰੋਂ ਆਏ ਹੋਏ ਨੇ, ਠੀਕ ਆ ਜੀ। ਤੇ ਇਸ ਤੋਂ ਬਾਅਦ ਭਾਜੀ ਆ ਜਾਂਦੇ ਆ ਆਪਾਂ ਥੋੜਾ ਜਿਹਾ ਪਿੱਛੇ ਨੂੰ ਆ ਜਾਂਦੇ ਆ, ਤੇ ਇਹਦੇ ਆਪਾਂ ਪਿਛਲੇ ਟਾਇਰਸ ਦੀ ਗੱਲ ਕਰਦੇ ਆ ਹੁਣ, ਤੇ ਪਿਛਲੇ ਟਾਇਰ ਦਾ ਸਾਈਜ਼ ਕੀ ਆ? ਦੇਖੋ, ਇਹ ਪਿਛਲੇ ਟਾਇਰਸ ਦੀ, ਇਹਨਾਂ ਟਾਇਰਸ ਦੀ ਬੜੀ ਸਪੈਸ਼ਲਿਟੀ ਹੈ ਜੀ, ਹਾਂਜੀ, ਇਹ ਹੈਗੇ 12-4-28 ਦੇ, 12-4-28 ਦੇ ਟਾਇਰ। ਐਂਡ ਦ ਬੈਸਟ ਪਾਰਟ ਇਜ਼ ਕਿ ਇਹ ਜਦੋਂ ਟਰੈਕਟਰਸ ਇੰਡੀਆ 'ਚ ਆਏ ਸੀ ਨਾ ਜੀ, ਹਾਂਜੀ, ਤੇ ਇਹ ਗੁਡੀਅਰ ਦਾ ਆਹੀ ਵਾਲਾ ਡਾਇਮੰਡ ਪ੍ਰਿੰਟ ਵਾਲਾ ਟਾਇਰ ਆਉਂਦਾ ਹੁੰਦਾ ਸੀ, ਡਾਇਮੰਡ ਬਣਿਆ ਹੋਇਆ, ਹਾਂਜੀ ਹਾਂਜੀ, ਗੁਡੀਅਰ ਕੰਪਨੀ ਦਾ। ਓਕੇ, ਇਹ ਟਾਇਰਸ ਨੋਰਮਲੀ ਤਾਂ ਲੋਕਾਂ ਦੇ ਧਿਆਨ 'ਚ ਨਹੀਂ ਹੈਗੇ, ਹਾਂਜੀ, ਔਰ ਕੰਪਨੀ ਨੇ ਵੀ ਸਿਰਫ ਐਕਸਪੋਰਟ ਲਈ ਬਣਾਏ ਨੇ, ਕਿਉਂਕਿ ਬਾਹਰ ਲੋਕ ਇਹੀ ਟਾਇਰ ਪਸੰਦ ਕਰਦੇ ਨੇ। ਸੋ ਅਸੀਂ ਬੜੀ ਮੁਸ਼ਕਿਲ ਨਾਲ ਇਹ ਵਾਲੇ ਟਾਇਰ ਸੋਰਸ ਕੀਤੇ, ਹਾਂਜੀ, ਇਹ ਲੱਭ ਕੇ ਲਾਏ ਨੇ ਓਨਰਸ ਨੂੰ। ਮੈਂ ਕਿਹਾ ਸੀ ਵੀ ਇਹ, ਕਿਉਂਕਿ ਉਹਨਾਂ ਨੇ ਆਪ ਹੀ ਲਿਆਉਂਦੇ ਨੇ, ਹਾਂਜੀ, ਸੋ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਜੀ ਇਹਨੂੰ ਜੇ ਤੁਸੀਂ ਓਰਿਜਨਲ ਸਪੈਕਸ ਤੇ ਜਾਣਾ ਤਾਂ ਫਿਰ ਆਹ ਟਾਇਰ ਲੱਭ ਕੇ ਲਿਆਓ। ਸੋ ਉਹ ਆਹ ਟਾਇਰ ਲੱਭ ਕੇ ਲਿਆਏ ਨੇ, ਬਿਲਕੁਲ, ਜੇ 12-4-28 ਆਪਾਂ ਇਹਦੇ ਬੋਲਟਸ ਨੇ ਬੜੇ ਚਮਕਦੇ ਜਿਹੇ ਨੇ ਨਾ, ਮਜ਼ਾ ਬੜਾ ਆਉਂਦਾ ਦੇਖ ਕੇ, ਮੈਂ ਸੱਚੀ ਗੱਲ ਦੱਸਾਂ, ਗੈਲਵਨਾਈਜ਼ ਨੇ ਜੀ, ਗੈਲਵਨਾਈਜ਼ ਨਵੇਂ ਬੋਲਟਸ ਨੇ, ਪੁਰਾਣੇ ਬਹੁਤ ਜ਼ਿਆਦਾ ਜੰਗ ਖਾਦੇ ਹੋਏ ਸੀ, ਉਹ ਬਿਯੋਂਡ ਰੈਸਟੋਰੇਸ਼ਨ ਖਰਾਬ ਸੀਗੇ ਬੋਲਟਸ। ਓਕੇ, ਸੋ ਅਸੀਂ ਬੋਲਟਸ ਲਾਏ ਹੋਏ ਨੇ, ਗੈਲਵਨਾਈਜ਼ ਕਰਕੇ ਲਾਏ ਹੋਏ ਨੇ, ਗੈਲਵਨਾਈਜ਼ ਕਰਕੇ ਲਾਏ, ਕਿਉਂਕਿ ਆਪਾਂ ਦੇਖਦੇ ਰਿਮਸ ਦੀ ਪੇਂਟ ਕੁਆਲਿਟੀ ਬਹੁਤ ਵਧੀਆ ਆ ਜੀ। ਤੇ ਇਸ ਤੋਂ ਬਾਅਦ ਭਾਜੀ ਆਪਾਂ ਪਿੱਛੇ ਆ ਜਾਂਦੇ ਆ, ਆਹ ਚੀਜ਼ ਮੈਂ ਬਹੁਤ ਘੱਟ ਦੇਖੀ ਆ, ਇਹ ਸਿਰਫ ਬਾਹਰਲੇ ਟਰੈਕਟਰਾਂ ਦੇ ਹੀ ਆ ਜੀ, ਹਾਂਜੀ, ਇਹ ਵੀ ਬਾਹਰੋਂ ਹੀ ਆਈਆਂ ਨੇ ਜੀ, ਇਹ ਵੀ ਬਾਹਰੋਂ, ਇਹ ਵੀ ਇੰਡੀਆ ਤੋਂ। ਵੈਸੇ ਐਕਚੁਅਲੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਹਾਂਜੀ, ਜਿੰਨਾ ਵੀ ਇਹੋ ਜਿਹਾ ਸਮਾਨ ਆ ਟਰੈਕਟਰਾਂ ਦੇ ਉੱਪਰ ਲੱਗਣ ਵਾਲਾ ਜਾਂ ਫੋਰ ਦੈਟ ਮੈਟਰ ਈਵਨ ਟਿਨ ਵਰਕ ਵੀ ਜਿਹੜੇ ਆ ਜੋ ਇੱਥੇ, ਔਰ ਜਿੰਨਾ ਵੀ ਇੰਗਲੈਂਡ 'ਚ ਵਿਕ ਰਿਹਾ ਆ, ਉਹ ਸਭ ਇੰਡੀਆ ਤੋਂ ਬਣ ਕੇ ਬਾਹਰ ਜਾ ਰਿਹਾ ਤੇ ਉੱਥੋਂ ਹੀ ਲੋਕ ਲੈ ਰਹੇ ਨੇ। ਅੱਛਾ, ਇਧਰ ਦਾ ਮਾਲ ਉਧਰ, ਉਧਰ ਦਾ ਮਾਲ ਇਧਰ, ਬਸ ਐਸੇ ਹੋ ਰਿਹਾ ਜੀ, ਇਧਰ ਦਾ ਮਾਲ ਉਧਰ ਉਧਰ ਕਹਿੰਦੇ। ਓਕੇ ਜੀ ਜੀ, ਤੇ ਇਸ ਤੋਂ ਬਾਅਦ ਭਾਜੀ ਆਪਾਂ ਪਿੱਛੇ ਆਉਂਦੇ ਆ, ਆਹ ਚੀਜ਼ ਮੈਂ ਪਹਿਲੀ ਵਾਰ ਦੇਖੀ ਆ, ਕਿਉਂਕਿ ਇਹ ਹੈਗੀ ਆ ਜੀ ਲੂਕਸ ਇੰਗਲੈਂਡ ਦੀ ਬਣੀ ਹੋਈ ਲਾਈਟ। ਓਕੇ, ਇਹ ਬਾਹਰੋਂ ਹੀ ਆਈ ਆ, ਈਵਨ ਆਹ ਨੰਬਰ ਪਲੇਟ ਵੀ ਬਾਹਰੋਂ ਆਈ ਆ, ਹਾਂਜੀ, ਇੱਥੇ ਵੀ ਮਿਲਦੀਆਂ ਨੇ, ਇਹ ਇੱਥੇ ਵੀ ਆਉਂਦੀਆਂ ਨੇ, ਹਾਂਜੀ, ਬਟ ਚਲੋ ਕੁਛ ਚੀਜ਼ਾਂ ਓਨਰਸ ਦੀ ਨੌਲੇਜ 'ਚ ਨਹੀਂ ਸੀਗੀਆਂ ਵੀ ਇੰਡੀਆ 'ਚ ਸਾਨੂੰ ਮਿਲ ਸਕਦੇ, ਉਹਨਾਂ ਨੂੰ ਇਹ ਬਹੁਤ ਮਹਿੰਗੀ ਪਈ ਹੋਣੀ ਆਈ ਥਿੰਕ, ਕਿਉਂਕਿ ਬਾਹਰੋਂ ਲਿਆਉਣ ਦਾ ਕਸਟਮਸ ਬਹੁਤ ਜ਼ਿਆਦਾ ਹਾਈ ਹੁੰਦੇ ਨੇ। ਸੋ ਆਹ ਲੂਕਸ ਇੰਗਲੈਂਡ ਦਾ ਜੀ ਨੰਬਰ ਪਲੇਟ ਆ ਗਈ, ਇਹਦੀ ਲਾਈਸੈਂਸ ਪਲੇਟ, ਆਹ ਸਪੈਸ਼ਲ ਮੈਸੀ ਫਰਗਿਊਸਨ ਦਾ ਮਾਰਕਾ, ਹਾਂਜੀ, ਠੀਕ ਹੈ, ਇਹ ਵੀ ਬਾਹਰੋਂ ਆਇਆ, ਪਹਿਲੀ ਵਾਰ ਦੇਖੀ ਹੋਈ ਆ। ਇਹਦੇ 'ਤੇ ਕੋਈ ਚੀਜ਼ ਲੱਗਦੀ ਸੀ ਉਹ ਸਾਨੂੰ ਵੀ ਨਹੀਂ ਪਤਾ ਵੀ ਕੀ ਲੱਗਦੀ ਸੀ, ਕਿਉਂਕਿ ਅਸੀਂ ਆਹ ਸੀਟੀ ਕਦੇ ਨਹੀਂ ਦੇਖੀ। ਸੋ ਆਹ ਚੀਜ਼ ਜਿਹੜੀ ਇੱਕ ਇਹਦੀ ਮਿਸਿੰਗ ਹੈ, ਬਿਲਕੁਲ ਜੀ, ਕਿ ਜੇ ਸਾਡੀ ਵੀਡੀਓ ਨਾ, ਮੈਂ ਸੱਚੀ ਕਹਿੰਦਾ ਕਿ 70 ਦੇ ਦਹਾਕੇ 'ਚ ਜੇ ਕਿਸੇ ਸਾਡੇ ਬਜ਼ੁਰਗ ਨੇ ਮੈਸੀ 135 ਲਿਆ ਹੋਊਗਾ, ਹਾਂਜੀ, ਉਹ ਵੀਡੀਓ ਦੇਖ ਕੇ ਖੁਸ਼ ਬਹੁਤ ਹੋਣਗੇ ਕਿ ਜਿੱਦਾਂ ਮੈਂ ਏਜੰਸੀ 'ਚੋਂ ਕਢਾ ਕੇ ਲੈ ਕੇ ਆਇਆ, ਬਿਲਕੁਲ ਸੇਮ ਉਹੀ ਬਣ ਗਿਆ ਜੀ, ਇਹ ਉਹੀ ਚੀਜ਼ ਬਣੀ ਹੋਈ ਆ, ਬਿਲਕੁਲ ਜੀ ਬਿਲਕੁਲ। ਤੇ ਜੇਕਰ ਉਹ ਦੇਖਣਗੇ ਤਾਂ ਉਹ ਦੇਖ ਕੇ ਸਾਨੂੰ ਕਮੈਂਟ 'ਚ ਕਰ ਦੱਸ ਸਕਦੇ ਨੇ ਕਿ ਇੱਥੇ ਕੀ ਲੱਗਦਾ ਸੀਗਾ। ਹੋ ਸਕਦਾ ਜੀ ਉਹ ਦੱਸ ਸਕਣ, ਕਿਉਂਕਿ ਮੈਂ ਕਦੇ ਸੀਟੀ ਨਹੀਂ ਦੇਖੀ ਜੀ, ਸਾਡੇ ਕੋਲ ਪੁਰਾਣੇ ਆਪਣੇ ਟਰੈਕਟ
ਇਹ ਹੈਗਾ ਜੀ ਪੀ ਟੀ ਓ ਗਾਰਡ। ਓਕੇ, ਜਦੋਂ ਅਸੀਂ ਕੋਈ ਪੀ ਟੀ ਓ ਸ਼ਾਫਟ ਦੇ ਨਾਲ ਕੋਈ ਪੀ ਟੀ ਓ ਡਰਿਵਨ ਇਕਵਿਪਮੈਂਟ ਚਲਾਉਂਦੇ ਹਾਂ ਤਾਂ ਕਿ ਤੁਹਾਡੇ ਜਿਹੜੇ ਕੱਪੜੇ ਜਾਂ ਕੋਈ ਚੀਜ਼ ਤੁਹਾਡੇ ਇਹਦੇ ਨਾਲ ਪੀ ਟੀ ਓ ਦਾ ਕੋਈ ਐਕਸੀਡੈਂਟ ਨਾ ਹੋ ਜਾਏ, ਇਸ ਕਰਕੇ ਫੈਕਟਰੀ ਤੋਂ ਪੀ ਟੀ ਓ 'ਤੇ ਗਾਰਡ ਆਉਂਦਾ ਜੀ। ਇੰਡੀਅਨ ਮੇਡ ਟਰੈਕਟਰਸ ਦੇ ਵਿੱਚ ਆਉਂਦਾ ਹੁੰਦਾ ਸੀ ਇਹ? ਮੇਬੀ ਇੰਡੀਅਨ ਮੇਡ 'ਚ ਜਿਹੜੇ ਇੰਡੀਆ ਤੋਂ ਬਣ ਕੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਲੱਗ ਕੇ ਜਾ ਰਹੇ ਨੇ, ਹਾਂਜੀ, ਪਰ ਇੰਡੀਆ ਦੇ ਵਿੱਚ ਦਿੰਦੇ ਨਹੀਂ ਜੀ। ਦਿੰਦੇ ਨਹੀਂ ਨਾ, ਜਿਹੜੇ ਟਰੈਕਟਰਸ ਬਾਹਰੋਂ ਆਏ ਸੀ ਸਾਡੇ ਕੋਲ ਕੁਝ ਟਰੈਕਟਰਸ ਹੈਗੇ ਨੇ ਪੁਰਾਣੇ ਜਿਹਨਾਂ 'ਤੇ ਗਾਰਡਸ ਲੱਗੇ ਹੋਏ ਨੇ। ਬਿਲਕੁਲ ਜੀ ਬਿਲਕੁਲ। ਅਤੇ ਸਵਾਦ ਭਾਜੀ ਇਹਦੀ ਲਿਫਟਾਂ 'ਤੇ ਆਉਂਦੇ ਹਾਂ ਆਪਾਂ, ਹੈ ਨਾ, ਅਤੇ ਪਿੱਛੋਂ ਦੇ ਟਰੈਕਟਰ ਬਹੁਤ ਸੋਹਣਾ ਲੱਗਦਾ ਜੀ, ਬਹੁਤ ਸੋਹਣਾ ਲੱਗਦਾ ਜੀ। ਥੈਂਕ ਯੂ। ਅਤੇ ਇਸ ਤੋਂ ਬਾਅਦ ਇਹਦੇ ਬਾਰੇ ਕੋਈ ਜਾਣਕਾਰੀ ਦੇ ਸਕਦੇ ਇਹਦੇ ਵਿੱਚ ਅਤੇ ਬਾਕੀ ਮੈਸੇਜ ਜਿਹੜਾ ਹੈ ਉਹਦੇ ਲਿਫਟਾਂ ਦੇ ਵਿੱਚ ਫਰਕ ਕੀ ਆ? ਦੇਖੋ, ਬਾਕੀ ਲੋਅਰ ਲਿੰਕਸ ਵੀ ਉਹੀ ਨੇ ਜੀ ਜੋ ਨਵੇਂ ਟਰੈਕਟਰ ਨੂੰ ਆ ਰਹੀਆਂ, ਜੈਕਸ ਵੀ ਉਹੀ ਨੇ, ਜੋ ਡਿਫਰੈਂਸ ਆ ਉਹ ਇਹਦੇ ਅੰਦਰ ਆ। ਓਕੇ, ਜੋ ਲਿਫਟ ਦਾ ਡਿਫਰੈਂਸ ਆ ਐਪਰੈਂਟਲੀ ਜਿਹੜਾ ਲਿਫਟ ਦਾ ਕਵਰ ਆ ਉਹ ਸੇਮ ਹੁੰਦਾ ਆ, ਹਾਂਜੀ, ਜੋ ਇਹਦਾ ਫੰਕਸ਼ਨਿੰਗ ਆ ਜਾਂ ਜੋ ਇਹਦਾ ਡਿਫਰੈਂਸ ਆ ਉਹ ਸਾਰਾ ਕੁਝ ਜਿਹੜਾ ਉਹ ਲਿਫਟ ਦੇ ਅੰਦਰ ਆ ਜੀ। ਓਕੇ, ਸਾਨੂੰ ਬਾਹਰੋਂ ਜੋ ਡਿਫਰੈਂਸ ਮਹਿਸੂਸ ਹੁੰਦਾ ਉਹ ਸਿਰਫ ਜਿਹੜੇ ਲਿਫਟ ਕੁਆਡਰੈਂਟਸ ਨੇ, ਹਾਂਜੀ, ਲਿਫਟ ਕੁਆਡਰੈਂਟਸ ਤੋਂ ਹੀ ਸਾਨੂੰ ਜਿਹੜਾ ਬਾਹਰੋਂ ਫਰਕ ਲੱਗੂਗਾ ਪਤਾ ਕਿ ਇਹਦੇ ਚਾਰ ਜਿਹੜੀ ਆ ਪ੍ਰੈਸ਼ਰ ਕੰਟਰੋਲ ਵਾਲੀ ਲਿਫਟ ਹੈ ਜਾਂ ਨਹੀਂ ਆ। ਓਕੇ, ਬਸ ਦੈਟਸ ਆਲ, ਬਸ ਇੰਨਾ ਹੀ ਸੀ ਨਾ ਜੀ। ਅਤੇ ਆ ਜਾਓ ਆਪਾਂ ਹੁਣ ਘੁੰਮ ਕੇ ਫਿਰ ਆਪਾਂ ਅੱਗੇ ਆਉਂਦੇ ਹਾਂ। ਅਤੇ ਇਸ ਤੋਂ ਆਪਾਂ ਨਾ ਇੱਕ ਚੀਜ਼, ਟਰੈਕਟਰ ਬਹੁਤ ਸੋਹਣਾ ਆ, ਬਹੁਤ ਸੋਹਣਾ ਰੈਡੀ ਹੋਇਆ ਜੀ, ਦਿਲ ਨੂੰ ਦਿਲ ਵੀ ਨਹੀਂ ਕਰਦਾ, ਹਾਂਜੀ। ਅਤੇ ਅਗਲੀ ਗੱਲ ਕਰਦੇ ਹਾਂ, ਜੇ ਮੰਨ ਲਓ ਕਿਸੇ ਸਾਡੇ ਸੱਜਣ ਕੋਲ 135 ਹੈਗਾ ਅਤੇ ਉਹਨੇ ਇਸੇ ਹੀ ਹਾਲਤ ਦੇ ਵਿੱਚ ਰਿਸਟੋਰ ਕਰਾਉਣਾ ਹੋਵੇ ਜੀ, ਪਰ ਉਹ ਇੰਗਲੈਂਡ ਨਹੀਂ ਜਾਣਾ ਚਾਹੁੰਦੇ, ਸਮਾਨ ਜੇ ਤੁਹਾਡੇ ਕੋਲ ਉਹੀ ਮੰਗਵਾ ਕੇ ਇਸੇ ਹੀ ਹਾਲਤ ਦੇ ਵਿੱਚ ਇਸੇ ਲੁੱਕ ਦੇ ਵਿੱਚ ਰੀਸਟੋਰ ਕਰਵਾਈਏ ਤਾਂ ਕਿੰਨਾ ਕੁ ਖਰਚਾ ਪਊਗਾ? ਦੇਖੋ, ਇਹਦਾ ਇੱਦਾਂ ਹੈ ਜੀ ਕਿ ਜਿਹੜਾ ਸਮਾਨ ਆ, ਸਮਾਨ ਅਸੀਂ ਵੀ ਅਗਰ ਮੰਗਵਾਵਾਂਗੇ ਤਾਂ ਐਗਰੀ ਲਾਈਨ ਕੰਪਨੀ, ਅਸੀਂ ਵੀ ਐਗਰੀ ਲਾਈਨ ਤੋਂ ਮੰਗਾਵਾਂਗੇ, ਹਾਂਜੀ, ਇਹਦਾ ਸਮਾਨ ਵੀ ਐਗਰੀ ਲਾਈਨ ਤੋਂ ਹੀ ਡਿਲੀਵਰ ਹੋਇਆ ਭਾਜੀ ਦੇ ਐਡਰੈਸ 'ਤੇ ਬਾਹਰ, ਉੱਥੋਂ ਨਾਲ ਆਉਂਦੇ ਹੁੰਦੇ ਆਪਣੇ ਟੈਚੀਆਂ 'ਚ ਬੈਗਸ 'ਚ ਭਰ ਕੇ ਲਏ। ਓਕੇ, ਸੋ ਮੈਂ ਕਹਿ ਨਹੀਂ ਸਕਦਾ ਕਿ ਸਮਾਨ ਕਿੰਨੇ ਦਾ ਆਊਗਾ, ਠੀਕ ਹੈ ਜੀ, ਸਮਾਨ ਬਾਰੇ ਆਈ ਕੈਨ ਨੋਟ ਕਮੈਂਟ ਕਿਉਂਕਿ ਮੈਨੂੰ ਵੀ ਆਈਡੀਆ ਨਹੀਂ ਆ, ਪਰ ਸਮਾਨ ਕਾਫੀ ਮਹਿੰਗਾ ਪੈ ਜਾਂਦਾ, ਤਕਰੀਬਨ 2-2.5 ਲੱਖ ਰੁਪਏ ਦੇ ਕਰੀਬ ਦਾ ਜਿਹੜਾ ਸਮਾਨ ਆ, 2-2.5 ਲੱਖ ਦਾ ਸਮਾਨ ਇਨਕਲੂਡਿੰਗ ਤੁਹਾਨੂੰ ਕਸਟਮਸ ਵਗੈਰਾ, ਕਿਉਂਕਿ ਜੇ ਸਮਾਨ 1 ਲੱਖ ਰੁਪਏ ਦਾ ਨਾ ਜੀ ਤਾਂ ਤਕਰੀਬਨ 1 ਲੱਖ ਹੀ ਤੁਹਾਨੂੰ ਉੱਤੇ ਕਸਟਮਸ ਪੈ ਜਾਂਦੇ ਨੇ। ਓਕੇ, ਕੋਰੀਅਰ ਚਾਰਜਿਸ ਐਂਡ ਕਸਟਮਸ ਕਾਫੀ ਜ਼ਿਆਦਾ ਹਾਈ ਨੇ, ਅਤੇ ਸਮਾਨ ਤਾਂ ਜੋ ਵੀ ਆਊਗਾ ਜੀ ਦੇਣੇ ਵੀ ਅਗਰ ਕਰਾਉਣਾ ਹੋਊਗਾ ਤਾਂ ਉਹ ਆਪਣੇ ਐਡਰੈਸ 'ਤੇ ਵੀ ਮੰਗਾ ਲਿਆ, ਸਾਨੂੰ ਉਹਦੇ 'ਚ ਤਾਂ ਕੋਈ ਸਾਡਾ ਕੋਈ ਰੋਲ ਹੀ ਨਹੀਂ ਹੈ, ਜਿੰਨਾ ਦਾ ਵੀ ਆ ਗਿਆ ਸਮਾਨ ਤੁਸੀਂ ਤੁਹਾਡਾ ਹੋਊਗਾ, ਕਿਉਂਕਿ ਇਹਦੇ ਸਲੈਂਸਰ ਦੀ ਗੱਲ ਕਰੀਏ, ਸਲੈਂਸਰ ਅਸੀਂ ਛੋਟੇ ਟਰੈਕਟਰ ਦਾ ਵੈਸੇ 85,000 ਲੈਂਦੇ ਹਾਂ, ਹਾਂਜੀ, ਪਰ ਕਿਉਂਕਿ ਇਹਨਾਂ ਟਰੈਕਟਰਾਂ ਦਾ ਸਮਾਨ ਸਾਨੂੰ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਲਈ ਬਹੁਤ ਜ਼ਿਆਦਾ ਖੱਜਲ ਖਰਾਬੀ ਹੁੰਦੀ ਹੈ, ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਨ ਇਕੱਠਾ ਨਹੀਂ ਹੁੰਦਾ, ਹਾਂਜੀ, ਸੋ ਉਹਦੇ ਉਸ ਕਰਕੇ ਅਸੀਂ ਇਹ ਅਗਰ 135 ਕਰਾਂਗੇ ਤਾਂ ਅਸੀਂ 1 ਲੱਖ ਰੁਪਏ ਦਾ ਕਰਾਂਗੇ, 1 ਲੱਖ ਰੁਪਏ ਦੇ ਵਿੱਚ ਹੋਊਗਾ ਰਿਸਟੋਰ, 1 ਲੱਖ ਰੁਪਏ ਅਸੀਂ ਆਪਣੀ ਮਿਹਨਤ ਲਵਾਂਗੇ, ਹਾਂਜੀ, ਉਹਦੇ 'ਚ ਗੈਲਵਨਾਈਜ਼ਿੰਗ, ਫਿਟਿੰਗ, ਓਪਨਿੰਗ, ਫਿਟਿੰਗ ਸਭ, ਜੇ ਇੱਧਰ ਉੱਧਰ ਜਾਣਾ ਸਮਾਨ ਇਕੱਠਾ ਕਰਨਾ ਇਸ ਟਰੈਕਟਰ ਦਾ, ਬਿਲਕੁਲ, ਸੋ ਕਿਉਂਕਿ ਉਹਦੇ ਵਿੱਚ ਨਾ ਜੀ ਤੁਸੀਂ ਕਈ ਵਾਰੀ ਇੰਨਾ ਜ਼ਿਆਦਾ ਫਸੇ ਹੋਏ ਮਹਿਸੂਸ ਕਰਦੇ ਹੋ, ਤੁਸੀਂ ਲੱਗਦਾ ਯਾਰ ਪੰਗਾ ਲੈ ਲਿਆ ਵੀ ਇਹਦਾ ਸਮਾਨ ਨਹੀਂ ਮਿਲਦਾ, ਰਿਸਟੋਰ ਕਿਵੇਂ ਕਰਦੇ? ਬਿਲਕੁਲ ਭਾਜੀ, ਸੋ ਇਸ ਕਰਕੇ 135 ਕਰਾਂਗੇ ਅਸੀਂ, ਜਾਂ ਕੋਈ ਵੀ ਬਾਹਰਲੇ ਟਰੈਕਟਰਸ ਕਰਾਂਗੇ ਤਾਂ ਅਸੀਂ ਉਹਨਾਂ ਦਾ 1 ਲੱਖ ਰੁਪਇਆ ਲਵਾਂਗੇ। 1 ਲੱਖ ਉਹਦੀ ਕੋਸਟਿੰਗ ਪੈਗੀ, ਅਤੇ ਜੇਕਰ ਸਮੇਂ ਦੀ ਗੱਲ ਕਰਦੇ ਭਾਜੀ ਆਪਾਂ ਨੂੰ ਟਾਈਮ ਕਿੰਨਾ ਕੁ ਲੱਗਦਾ? ਦੇਖੋ, ਇਹਨਾਂ ਟਰੈਕਟਰਸ ਦੇ ਵਿੱਚ ਨਾ ਟਾਈਮ ਬਾਊਂਡ ਹੋਣਾ ਥੋੜ੍ਹਾ ਜਿਹਾ, ਮੈਂ ਤੁਹਾਨੂੰ ਕਹਿ ਦਾਂ ਕਿ ਇੰਨਾ ਟਾਈਮ ਫਰੇਮ ਇਹਦਾ ਉਹ ਦੇਣਾ ਮੁਸ਼ਕਿਲ ਆ, ਸਮਾਨ ਦੀ ਅਵੇਲੇਬਿਲਟੀ 'ਤੇ ਬਹੁਤ ਡਿਪੈਂਡ ਕਰੂ, ਅਗਰ ਸਾਡੇ ਕੋਲ ਸਾਰਾ ਸਮਾਨ ਰੈਡੀ ਹੋਊਗਾ ਤਾਂ ਅਸੀਂ 1 ਮਹੀਨੇ ਟਰੈਕਟਰ ਦੇ, 1 ਮਹੀਨੇ ਦੇ ਵਿੱਚ ਹੋਊਗਾ, ਅਗਰ ਨਹੀਂ ਹੋਊਗਾ ਤਾਂ ਫਿਰ 2-3 ਮਹੀਨੇ ਲੱਗਣਗੇ। ਬਿਲਕੁਲ ਲੱਗਣਗੇ, ਸਬਰ ਰੱਖਣਾ ਜ਼ਰੂਰੀ ਹੈ। ਬਿਲਕੁਲ ਜੀ, ਸਬਰ ਰੱਖਣਾ ਬਹੁਤ ਜ਼ਰੂਰੀ। ਬਿਲਕੁਲ ਜੀ, ਅਤੇ ਜੇਕਰ ਤੁਹਾਡੇ ਕੋਲ ਕੋਈ ਬੰਦਾ ਟਰੈਕਟਰ ਰੀਸਟੋਰ ਕਰਾਉਣ ਆਉਂਦਾ ਹੈ, ਗੱਡੀ ਰੀਸਟੋਰ ਕਰਾਉਣ ਆਉਂਦਾ ਹੈ, ਅਤੇ ਆਪਾਂ ਪੇਮੈਂਟ ਦੀ ਗੱਲ ਕਰਦੇ ਕਿ ਐਡਵਾਂਸ ਆਪਾਂ ਕਿੰਨਾ ਕੁ ਫੜਦੇ ਉਹਨਾਂ ਕੋਲੋਂ? ਅਸੀਂ 50% ਐਡਵਾਂਸ ਵਿਦ ਦਾ ਵਹੀਕਲ। ਓਕੇ, ਉਸ ਤੋਂ ਬਾਅਦ ਜਿੱਦਾਂ ਸਾਨੂੰ ਜਿੱਦਾਂ ਕੰਮ ਦੀ ਪ੍ਰੋਗਰੈਸ ਹੋਈ ਜਾਂਦੀ ਹੈ ਅਸੀਂ ਹੋਰ ਪੈਸੇ ਲੈਂਦੇ ਹਾਂ, ਅਰਾਊਂਡ 20-25% ਜਿਹੜੇ ਪੈਸੇ ਅਸੀਂ ਫਾਈਨਲ ਡਿਲੀਵਰੀ 'ਤੇ ਲੈਂਦੇ, ਬਾਕੀ ਅਸੀਂ ਪੈਸੇ ਪਹਿਲਾਂ ਲੈ ਲੈਂਦੇ। ਬਿਲਕੁਲ ਜੀ, ਬਿਲਕੁਲ ਜੀ। ਅਤੇ ਬਾਕੀ ਇਸ ਟਰੈਕਟਰ ਦੇ ਵਾਂਗ ਹੋਰ ਟਰੈਕਟਰ ਵੀ ਇੱਥੇ ਕਾਫੀ ਖੜੇ ਨੇ, 135 ਖੜਾ ਆ, ਅਤੇ ਇੱਕ ਉਹ ਟਰੈਕਟਰ ਖੜਿਆ ਹੋਇਆ ਭਾਜੀ, ਉਹ 178 ਆ ਜੀ, 178 ਆ, ਹੋਪਸ ਉਹਦੀ ਵੀਡੀਓ ਵੀ ਛੇਤੀ ਆਪਾਂ ਕਰਾਂਗੇ, ਬਹੁਤ ਜਲਦੀ ਬਹੁਤ ਜਲਦੀ, ਹੈ ਨਾ ਜੀ, ਹਾਂਜੀ। ਅਤੇ ਇਸ ਤੋਂ ਬਾਅਦ ਇੱਕ ਟਰੈਕਟਰ ਹੈਗਾ ਆਪਣੇ ਕੋਲ ਖੜਾ 4000 ਖੜਾ ਆ, 76 ਵੀ ਆਉਣ ਵਾਲਾ ਆ, ਅਤੇ ਵੀਡੀਓਜ਼ ਬਹੁਤ ਨੇ, ਲੈਂਦੇ ਪੰਜਾਬ ਤੋਂ ਲੋਕ ਸਾਨੂੰ ਬਹੁਤ ਦੇਖਦੇ ਨੇ ਭਾਜੀ, ਠੀਕ ਹੈ ਜੀ, ਅਤੇ ਅਲਹਮਦੁਲਿਲਾ ਉਹਨਾਂ ਲਈ ਵੀਡੀਓਜ਼ ਵਧੀਆ ਵਧੀਆ ਲੈ ਕੇ ਆਉਂਦੇ ਰਹਾਂਗੇ, ਅਤੇ ਇਸ ਨਾਲ ਹੀ ਇਸ ਵੀਡੀਓ ਨੂੰ ਖਤਮ ਕਰਦੇ ਹਾਂ ਦੋਸਤੋ। ਅਤੇ ਟੰਡੋ ਭਾਈ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ, ਆਪਣਾ ਟਰੈਕਟਰ, ਆਪਣੀ ਜਗ੍ਹਾ ਸਾਨੂੰ ਦਿੱਤੀ ਵੀਡੀਓ ਬਣਾਉਣ ਲਈ, ਥੈਂਕ ਯੂ ਸੋ ਮਚ, ਅਤੇ ਬਹੁਤ ਬਹੁਤ ਧੰਨਵਾਦ ਜੀ। ਓਕੇ ਜੀ, ਹਾਂਜੀ ਦੋਸਤੋ, ਇਹ ਤੁਸੀਂ ਦੇਖਿਆ ਮੈਸੀ ਫਰਗੂਸਨ 135। ਜੇਕਰ ਤੁਹਾਡੇ ਕਿਸੇ ਬਜ਼ੁਰਗ ਨੇ ਸੰਨ 70 ਦੇ ਦਹਾਕੇ ਦੇ ਵਿੱਚ ਇਸੇ ਹੀ ਤਰ੍ਹਾਂ ਦਾ ਮੈਸੀ ਫਰਗੂਸਨ 135 ਲਿਆ ਹੋਵੇ ਤਾਂ ਉਹਨਾਂ ਨੂੰ ਵੀਡੀਓ ਜ਼ਰੂਰ ਦਿਖਾਇਓ, ਬਹੁਤ ਖੁਸ਼ ਹੋਣਗੇ। ਜਿਹੜੇ ਆਪਾਂ ਪਿਛਲੇ ਪਾਸੇ ਕੋਈ ਇੱਕ ਪਾਰਟ ਦੀ ਗੱਲ ਕਰਦੇ, ਜੇ ਸਾਨੂੰ ਨਹੀਂ